ਕਰਨਾਲ ਤੋਂ ਬੀਜੇਪੀ ਦੇ ਸੰਸਦ ਅਤੇ ਪੰਜਾਬ ਕੇਸਰੀ ਦਿੱਲੀ ਦੇ ਐਡੀਟਰ ਅਸ਼ਵਨੀ ਚੋਪੜਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਮੈਂ ਉਹਨਾਂ ਦੇ ਆਵਾਸ ਦਿੱਲੀ ਜਿਹੜਾ ਵਜ਼ੀਰਪੁਰ ਦੇ ਵਿੱਚ ਸਥਿਤ ਹੈ ਉਹਦੇ ਬਾਹਰ ਖੜ੍ਹਾ ਹੈ। ਤੁਸੀਂ ਦੇਖ ਸਕਦੇ ਹੋ ਰਮੇਸ਼ ਭਵਨ ਜਿਹੜਾ ਹੈ, ਲੋਕਾਂ ਦੇ ਵਿੱਚ ਕਾਫੀ ਦੁੱਖ ਇਹਦੇ ਵਿੱਚ ਹੋ ਰਿਹਾ ਹੈ ਅਤੇ ਦੂਰ ਦੂਰ ਤੋਂ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਨੂੰ ਆ ਰਹੇ ਹਨ। ਭਾਵੇਂ ਬੀਜੇਪੀ ਹੋਏ ਭਾਵੇਂ ਕਾਂਗਰਸ ਹੋਣ, ਸਾਰੇ ਦੁੱਖ ਵਿਅਕਤ ਕਰ ਰਹੇ ਕਿਉਂਕਿ ਇਹੋ ਜਿਹੇ ਸ਼ਖਸੀਅਤ ਸਨ, ਕ੍ਰਿਕਟ ਤੋਂ ਸ਼ੁਰੂ ਕਰਕੇ ਜੀਵਨ ਪੱਤਰਕਾਰ ਵੀ ਰਹੇ, ਬਾਅਦ 'ਚ ਨੇਤਾ ਵੀ ਬਣੇ ਅਤੇ ਕਾਫੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਸੰਘਰਸ਼ ਵੀ ਦੇਖਿਆ, ਕਾਫੀ ਚੀਜ਼ਾਂ ਉਹਨਾਂ ਨੇ ਲਿਆਈਆਂ ਵੀ। ਕੁਛ ਲੋਕ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਕਿਤਨਾ ਦੁੱਖ ਸਮੁੱਚੇ ਜਗ੍ਹਾ। ਕਾਸ਼ਮੀਰ ਕਮਿਊਨਿਟੀ ਦਾ ਸਭ ਨੂੰ ਦੁੱਖ ਹੈ ਜੀ, ਇੱਥੇ ਸਭ ਚਾਹੇ ਕੋਈ ਪਾਰਟੀ ਦਾ ਹੋਏ ਸਾਰੇ ਦੁੱਖ ਹੈਗੇ। ਇੱਥੇ ਬਹੁਤ ਚੰਗੇ ਬੰਦੇ ਸੀਗੇ, ਸਭ ਨਾਲ ਰਲ ਮਿਲ ਨਾਲ ਰਹਿੰਦੇ ਸੀ, ਕੋਈ ਵੀ ਧਰਮ ਦਾ ਹੋਏ ਸਭ ਬੰਦੇ ਨਾਲ ਮਿਲ ਕੇ ਰਹਿੰਦੇ ਸੀਗੇ। ਸਭ ਨੂੰ ਦੁੱਖ ਹੋਇਆ ਜੀ ਇਹਨਾਂ ਦੇ ਨਿਧਨ ਨਾਲ, ਛੇਤੀ ਪੂਰੀ ਨਹੀਂ ਹੋ ਸਕਦੀ ਜੀ। ਕ੍ਰਿਕਟ ਤੋਂ ਸ਼ੁਰੂ ਕਰਕੇ ਅੱਜ ਇਹਨਾਂ ਦੇ ਫਾਦਰ ਸਾਹਿਬ ਦਾ ਦੇਹਾਂਤ ਹੋ ਗਿਆ ਸੀਗਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੱਤਰਕਾਰ ਦੀ ਲਾਈਨ 'ਚ ਆਏ, ਰਣਜੀ ਟਰੋਫੀ ਵਗੈਰਾ ਕਾਫੀ ਖੇਲੀ ਇਹਨਾਂ ਨੇ, ਸਭ ਕੁਛ ਕੀਤਾ, ਇੰਟਰਨੈਸ਼ਨਲ ਕ੍ਰਿਕਟ ਜੀ ਜਾ ਰਹੇ ਸੀਗੇ। ਮਤਲਬ ਆਤੰਕਵਾਦੀ ਦੇ ਭੇਟ, ਪੂਰੀ ਪਰਿਵਾਰ ਇਹਨਾਂ ਆਤੰਕਵਾਦੀ ਨਾਲ ਭੇਟ ਚੜਿਆ, ਲਾਲਾ ਜਗਤ ਨਾਰਾਇਣ ਜੀ, ਰਮੇਸ਼ ਚੰਦਰ ਜੀ, ਇਹਨਾਂ ਦੇ ਫਾਦਰ ਸਾਹਿਬ, ਮਤਲਬ ਬਹੁਤ ਕੁਰਬਾਨੀਆਂ ਵਾਲਾ ਪਰਿਵਾਰ ਸੀ ਕੁਰਬਾਨੀਆਂ ਦਾ। ਇਹਨਾਂ ਨੇ ਵੀ ਬੜਾ ਨਿਰਭਿਕ ਲਿਖਿਆ, ਪੂਰਾ ਲਿਖਦੇ ਹੀ ਰਹੇ, ਮਤਲਬ ਡੈਥ ਤੋਂ ਪਹਿਲੇ ਤੱਕ ਲਿਖਦੇ ਹੀ ਰਹੇ ਹੈਗੇ। ਸਾਨੂੰ ਬੜਾ ਦੁੱਖ ਹੈਗਾ। ਬਿਮਾਰੀ ਕੀ ਹੋਈ ਸੀ? ਬਸ ਹੁਣ ਕੀ ਭਗਵਾਨ ਦੇ ਅੱਗੇ ਕਿਸੇ ਦਾ ਕੀ ਕਹਿਣੇ ਹੈਗੇ। ਕੈਂਸਰ ਹੋ ਗਿਆ ਸੀਗਾ ਗਲੇ ਦਾ, ਤਾਂ ਅਮੇਰੀਕਾ ਵੀ ਗਏ ਸੀ, ਉੱਥੇ ਠੀਕ ਠੋਕ ਕੇ ਆ ਗਏ ਸੀਗੇ, ਫਿਰ ਪਤਾ ਨਹੀਂ ਕੀ ਹੋਇਆ, ਰੱਬ ਨੂੰ ਕੀ ਮਨਜ਼ੂਰ ਹੈ ਕੀ, ਉਹ ਰੱਬ ਹੀ ਜਾਣੇ। ਬਾਕੀ ਬਹੁਤ ਦੁੱਖ ਹੈ ਸਭ ਨੂੰ ਜੀ, ਸਭ ਅਸੀਂ ਦੁੱਖ ਵਿਅਕਤ ਕਰ ਰਹੇ ਹਾਂ। ਬਿਲਕੁਲ ਸਾਰੇ ਦੁੱਖ ਵਿਅਕਤ ਕਰ ਰਹੇ ਹਾਂ ਅਤੇ ਕੱਲ੍ਹ ਨਿਗਮ ਬੋਧ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ। ਦਿੱਲੀ ਤੋਂ ਲਕਸ਼ੇ ਨਾਲ ਨਿਤਿਨ ਦੀਵਾਨ ਦੇ ਨੈਕਸਟ ਵੈਰਾਈਟੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।